मेरी गल सुनो जी, अज ना मेरे वीरे ने संधारा लैके आना, तुसी बाजार चो ना पनीर वाले पकौड़े ते गुलाब जामना फड़ ले आयो। ओ तो क्यों आपदे वीरे होना ते भार पाउणी है वादू दा, उहनां नूं कह दे कोई संधारा ना लैके आउण, तूं एवें वादू दा खर्चा करवाई जांदी है उहनां दा। ओ हद आ थोड़ी जी, संधारा देना तां ना भरावां दा फर्ज हुंदा, नाले लैण देण नाल ज्यादा कुछ नहीं, आपसी प्यार ही वधदा। तूं नहीं मनना, नाले आए दस जिहड़े मैं तैनूं घर दे खर्चे लई पैसे फड़ाए सी ओह संभाल के तां रख ले। हाँ जी हाँ जी, सांभ के रखे होए ने, तुसी जमा फिकर ना करो। नाले आए करी उहनां दे विचों ना 2000 रुपया मम्मी नूं दे दी। 2000 मम्मी नूं? पर क्यों? ओहो, ओ मम्मी ने भी तां भैण नूं संधारा देण जाणा है। हाँ रिंकू, तैनूं मैं जिवें कहा ना उवें कर दी। 2000 सोनी, 200 नहीं, सीधा 2000। कोई नहीं, मैनू भी पता ही आ भी किनू मैं किन्ना देना। शैली गल सुन के जाई। लो जी, बेबे भी मारन लग गई हाका, इहनू पता नहीं कित्थों पता लग जांदा भी शैली वेली हो गई ते इहनू होर काम दे दो। आउनी आ मम्मी। हाँ जी बोलो मम्मी जी। पुत पलां दी सौण चढ़ गया? हाँ जी चढ़ गया सौण। पुत फिर तेरी ननद नूं लै आओ, नाले तां उह 4 दिन ला जूगी, नाले तीआं दा संधारा लै जूगी। मम्मी दीदी दे बच्चे ना स्कूल च पढ़दे ने, उहनां नूं ना छुट्टियां नहीं हैगियां, इस लई दीदी नहीं आ सकदी। पुत तूं क्यों झूठ बोलदी आ, मेरी तां उहदे नाल गल होई आ, उह तां कहिंदी मैनूं आ के लै जाओ, मैं 4 दिन आपे जवाकां दीआं छुट्टियां करवा दूं। मम्मी ओ तो करवा दू अपने जवाकों दी छुट्टियां, नहीं जेड़ी मेरे जवाकों की पढ़ाई खराब होगी ओह कोई लोड़ नहीं उन्हें इत्थे लैके आउंदी, रहन दो उन्हें उत्थे। चल भाई कोई ना, तू औखी ना हो, मैं आपे गल कर लूँ उहदे नाल। फिर ऐ कर, तुसी दोनों जने जाके ना संधारा दे आओ, एक सूट लै जी, मठियाई लै जी, 5 किलो ना बिस्कुट लै जी। देख मम्मी जिन्ना तैं मैनूं समान गणाता ना, इहदा तां खर्चा ही बहुत ज़्यादा, नाले इहनां दा हत्थ तां पहलां ही टाइट चल रिहा। ਤੁਸੀਂ ਐਂ ਕਰੋ, ਆਹ ਫੜੋ 200 ਰੁਪਈਆ, ਤੁਸੀਂ ਦੀਦੀ ਨੂੰ ਤੀਆਂ ਦੇ ਸੰਧਾਰੇ ਦੀ ਜਗ੍ਹਾ 'ਤੇ ਨਾ ਆਹ 200 ਹੀ ਦੇ ਦਿਓ। 200? ਤਾਂ ਅੱਜ ਕੱਲ੍ਹ 200 'ਚ ਆਉਂਦਾ ਹੀ ਕੀ ਹੈ? ਮੰਮੀ ਬਥੇਰਾ ਕੁਛ ਆ ਜਾਂਦਾ, ਜੇ ਨਾਲੇ ਤੁਹਾਨੂੰ ਇਹ 200 ਘੱਟ ਲੱਗਦਾ ਨਾ, ਦੇਣਾ ਉਹ ਦੇ ਦਿਓ, ਨਹੀਂ ਦੇਣਾ ਉਹ ਨਾ ਦਿਓ। ਪੁੱਤ ਆ ਕੀ ਕਹੀ ਜਾਂਦੀ ਹੈ ਤੂੰ? ਤੂੰ ਤਾਂ ਐਂ ਕਹਿੰਦੀ ਹੈ ਜਿਵੇਂ ਮੈਂ ਉਹਦੇ 'ਤੇ ਸਾਰਾ ਘਰ ਲਟਾਉਂਦੀ ਹਾਂ। ਮੈਂ ਤਾਂ ਉਹਨੂੰ ਵਿਚਾਰੀ ਨੂੰ ਦਿੰਦੀ ਹੋਈ ਦਿਨ ਤਿਉਹਾਰ 'ਤੇ ਹਾਂ, ਉਹਨੂੰ ਕਿੱਥੇ ਦਿੱਤਾ ਜਾਂਦਾ ਨਾ। ਹੁਣੇ ਇੰਨੇ ਚਿਰ ਦਾ ਆਪਾਂ ਕਰਦੇ ਹੀ ਆ ਰਹੇ ਹਾਂ, ਠੇਕਾ ਨਹੀਂ ਲਿਆ ਵੀ ਸਾਰੀ ਉਮਰ ਆਪਾਂ ਹੀ ਕਰਨਾ। ਸ਼ੈਲੀ ਸ਼ੈਲੀ ਸ਼ਰਮ ਕਰ, ਸ਼ਰਮ, ਇੰਨੀ ਘਟੀਆ ਸੋਚ ਤੇਰੀ, ਤੂੰ ਮੇਰੀ ਭੈਣ ਤੋਂ ਖਾਰ ਖੈਨੀ ਆ, ਮੈਨੂੰ ਤਾਂ ਹੁਣ ਪਤਾ ਲੱਗਿਆ। ਵਧੀਆ ਜੇ ਸੁਣ ਲਿਆ, ਨਾਲੇ ਨਾ ਮੈਂ ਤੁਹਾਨੂੰ ਇੱਕੋ ਹੀ ਗੱਲ ਕਹੂੰ, ਅੱਜ ਤੋਂ ਬਾਅਦ ਨਾ ਉਹਦਾ ਵੱਧ ਚੜ ਕੇ ਕਰਨ ਦੀ ਲੋੜ ਨਹੀਂ। ਕੀ ਗੱਲ, ਮੈਂ ਤੇਰੀ ਕਮਾਈ ਚੋਂ ਦਿੰਨਾ, ਜਿਹੜਾ ਤੂੰ ਮੇਰੇ ਤੇ ਇੰਨਾ ਰੋਹ ਮਾਰਦੀ ਐ, ਮੈਨੂੰ ਰੋਕਦੀ ਐ, ਮੈਂ ਨਾ ਆਪਦੀ ਕਮਾਈ ਚੋਂ ਦਿੰਨਾ, ਕਿਵੇਂ ਮਰਜ਼ੀ ਕਰਾਂ ਮੈਂ ਉਹਦਾ। ਐਸ ਲਈ ਨਾ ਤੂੰ ਸੋਚ ਸਮਝ ਕੇ ਬੋਲ, ਜੇ ਅੱਜ ਮੈਂ ਟਾਈਮ ਤੇ ਨਾ ਨਾ ਆਉਂਦਾ ਤਾਂ ਮੈਨੂੰ ਕਦੇ ਨਹੀਂ ਸੀ ਪਤਾ ਲੱਗਣਾ ਵੀ ਤੂੰ ਇੰਨੀਆਂ ਜ਼ਿਆਦਾ ਹੇਰਾ ਫੇਰੀਆਂ ਕਰਦੀ ਐ। ਮੰਮੀ ਮੈਂ ਨਾ ਇਹਨੂੰ ਦੀਦੀ ਦੇ ਸੰਧਾਰੇ ਲਈ 2000 ਦੇਣ ਨੂੰ ਕਿਹਾ ਸੀ, ਪਰ ਇਹਨੇ ਤਾਂ ਮਾਂ ਦੀ ਧੀ ਨੇ ਹੱਦ ਹੀ ਉਤਾਰ ਦੀ। ਮੰਮੀ ਅੱਜ ਤੋਂ ਬਾਅਦ ਨਾ ਤੁਸੀਂ ਇਹ ਤੋਂ 1 ਰੁਪਿਆ ਵੀ ਨਹੀਂ ਮੰਗਣਾ, ਤੁਸੀਂ ਸਿੱਧਾ ਮੈਨੂੰ ਕਹੋ ਮੈਂ ਦਿਉਂਗਾ, ਕਿਉਂਕਿ ਹੁਣ ਤਾਂ ਇਹਨੂੰ ਮੈਂ ਘਰ ਖਰਚ ਵੀ ਨਹੀਂ ਫੜਾਉਣਾ। ਐਂ ਕਿਵੇਂ ਨਹੀਂ ਫੜਾਉਣਾ, ਉਹ ਤਾਂ ਮੇਰਾ ਹੱਕ ਆ। ਵਾਹ ਹੱਕ, ਕਿਹੜੇ ਹੱਕ ਦੀ ਗੱਲ ਕਰਦੀ ਐ, ਹੁਣ ਤਾਂ ਤੂੰ ਉਹ ਖੋ ਬੈਠੀ। ਰਹਿਣ ਦੇ ਪੁੱਤ, ਬਹਿਸ ਨਾ ਕਰ, ਕੋਈ ਨਾ ਹੌਲੀ ਹੌਲੀ ਇਹ ਆਪੇ ਸਮਝ ਜੂ। ਮੰਮੀ ਜੇ ਇਹ ਸਮਝਣ ਵਾਲਿਆਂ 'ਚ ਹੁੰਦੀ ਨਾ ਤਾਂ ਅੱਜ ਆਹ ਕੁਛ ਨਾ ਕਰਦੀ ਨਾ। ਕੀ ਗੱਲ, ਆਪਦੇ ਭਰਾ ਵਾਰੀ ਤਾਂ ਬਥੇਰੇ ਪਨੀਰ ਦੇ ਪਕੌੜੇ ਗੁਲਾਬ ਜਾਮਣਾ ਆਉਂਦੀਆਂ ਸੀ, ਮੇਰੀ ਭੈਣ ਵਾਲੀ ਤੈਨੂੰ ਬਿੱਲੀ ਛਿੱਕ ਗਈ। ਨਾਲੇ ਪੁੱਤ ਮੇਰੀ ਧੀ ਨਾ ਲੈਣ ਦੀ ਭੁੱਖੀ ਨਹੀਂ, ਪਿਆਰ ਦੀ ਭੁੱਖੀ ਹੈ। ਬਸ ਮੰਮੀ ਇਹੀ ਤਾਂ ਗੱਲ ਹੈ, ਇਹ ਤਾਂ ਹੈ ਵੀ ਪੈਸੇ ਦੀ ਭੁੱਖੀ ਹੈ, ਇਹਨੂੰ ਪਿਆਰ ਪਿਊਰ ਥਾਂ ਕੋਈ ਮਤਲਬ ਨਹੀਂ, ਕੀ ਪਤਾ ਹੈ ਆਪਦੇ ਭਰਾ ਦੇ ਉੱਪਰ ਵੀ ਪ੍ਰੈਸ਼ਰ ਪਾ ਕੇ ਉਹ ਤੋਂ ਵੱਧ ਸਮਾਨ ਮੰਗਾਉਂਦੀ ਹੋਵੇ। ਨਹੀਂ ਨਹੀਂ ਤੁਸੀਂ ਆਏ ਨਾ ਕਹੋ। ਹੋਰ ਕੀ ਕਹਾਂ ਹੁਣ ਤੈਨੂੰ ਮੈਂ, ਜੇ ਆਪਾਂ ਧੀਆਂ ਨੂੰ ਦਿੰਦੇ ਹਾਂ ਨਾ ਤਾਂ ਵਾਧਾ ਫੁੱਲਦਾ ਹੀ ਹੈ, ਮੇਰੀ ਭੈਣ ਤੇਰੇ ਵਰਗੀ ਨਹੀਂ ਜਿਹੜੀ ਮੰਗ ਕੇ ਲਵੇ, ਉਹ ਤਾਂ ਆਪ ਹੀ ਅੱਗੇ ਮਨਾ ਕਰ ਦਿੰਦੀ ਹੈ ਵੀ ਵੀਰੇ ਮੇਰੇ ਘਰੇ ਨਾ ਰੱਬ ਦਾ ਦਿੱਤਾ ਸਭ ਕੁਛ ਹੈ, ਤੁਸੀਂ ਨਾ ਕੁਛ ਕਰਕੇ ਲੈ ਕੇ ਆਇਆ ਕਰੋ। ਪਰ ਪੁੱਤ ਇਹ ਤਾਂ ਰਿਵਾਜ਼ ਹੀ ਹੁੰਦੇ ਨੇ ਜਿਹੜੇ ਆਪਣਿਆਂ 'ਚ ਨਾ ਪਿਆਰ ਬਣਾਈ ਰੱਖਦੇ ਨੇ, ਨਾਲੇ ਨਾ ਪੁੱਤ ਆਪਾਂ ਜਦੋਂ ਧੀਆਂ ਨੂੰ ਦਿਨ ਤਿਉਹਾਰ 'ਤੇ ਦਿੰਦੇ ਹਾਂ
ਤਾਂ ਉਹ ਆਪਾਂ ਨੂੰ 100-100 ਸੀਸਾਂ ਦਿੰਦੀਆਂ ਨੇ। ਉਹ ਛੱਡ ਮੰਮੀ, ਤੁਸੀਂ ਮੈਨੂੰ ਐਂ ਦੱਸੋ ਕੀ ਲੈ ਕੇ ਆਉਣਾ, ਮੈਂ ਹੁਣੇ ਲੈ ਕੇ ਆਉਣਾ। ਸੋਰੀ ਜੀ, ਮੈਨੂੰ ਮਾਫ ਕਰ ਦਿਓ, ਨਾਲੇ ਅੱਜ ਤੋਂ ਬਾਅਦ ਨਾ ਕਦੇ ਵੀ ਦਿਨ ਤਿਉਹਾਰ 'ਤੇ ਮੈਂ ਦੀਦੀ ਲਈ ਮਾੜਾ ਨਹੀਂ ਸੋਚੂੰਗੀ ਅਤੇ ਉਹਨੂੰ ਹਰ ਸ਼ਗਨ 'ਚ ਨਾ ਅੱਗੇ ਹੀ ਰੱਖੂੰਗੀ। ਬਸ ਮੇਰੀ ਧੀਏ, ਤੂੰ ਸਮਝ ਗਈ ਨਾ, ਮੇਰੇ ਲਈ ਤਾਂ ਇਹੀ ਕਾਫੀ ਆ। ਆਪਾਂ ਨਾ ਹੁਣ ਸਾਰੇ ਜਾਣੇ ਚੱਲਾਂਗੇ ਤੀਆਂ ਦਾ ਸੁਨਹਿਰਾ ਦੇਣਾ।